ਅਸਲਾਮ ਅਲੈਕੁਮ ਨਾਜ਼ਰੀਨ, ਸਾਈਆਂ ਦੇ ਤੋਂ ਓਇਲ ਟ੍ਰੇਨ ਦਾ ਐਕਸ਼ਨ ਬਣਾ ਕੇ ਹੁਣ ਅਸੀਂ ਝੁੰਬਰਾ ਸ਼ਮਾਲੀ ਕੈਬਨ 'ਤੇ ਆ ਗਏ ਹਾਂ। ਝੁੰਬਰਾ ਸਟੇਸ਼ਨ ਤੋਂ ਥੋੜ੍ਹਾ ਜਿਹਾ ਅੱਗੇ ਹੀ ਆ। ਇਹ ਸ਼ਮਾਲੀ ਕੈਬਨ ਦੀ ਖਾਸ ਬਾਤ ਆ ਵਾ, ਇੱਥੋਂ ਦੋ ਲਾਈਨਾਂ ਨਿਕਲਦੀਆਂ। ਆਹ ਜਿਹੜੀ ਲਾਈਨ ਤੁਸੀਂ ਦੇਖ ਰਹੇ ਹਾਂ, ਜਿਸ ਲਾਈਨ 'ਤੇ ਮੈਂ ਜਾ ਰਿਹਾ, ਫੈਸਲਾਬਾਦ ਤੋਂ ਲਾਹੌਰ ਜਾਂਦੀ ਹੈ, ਆਹ ਵਾਲੀ ਲਾਈਨ ਜਿਹੜੀ ਹੈ ਦੂਸਰੀ ਲਾਈਨ, ਆਹ ਜਿਹੜੀ ਲਾਈਨ ਤੁਸੀਂ ਦੇਖ ਰਹੇ ਹੋ ਵਾਲੀ ਲਾਹੌਰੋ ਸਰਗੋਦਾ ਕੁੰਦੀਆਂ ਬ੍ਰਾਂਚ ਲਾਈਨ, ਤੁਹਾਨੂੰ ਮੈਂ ਲਾਈਨ ਦਿਖਾਉਂਦਾ, ਇਹ ਵਾਲੀ ਲਾਈਨ ਜਿਹੜੀ ਹੈ, ਆਹ ਲਾਈਨ ਜਿਹੜੀ ਤੁਸੀਂ ਦੇਖ ਰਹੇ ਆ, ਇਹ ਸਰਗੋਦਿਓ ਲਾਹੌਰ ਕੁੰਦੀਆਂ ਬ੍ਰਾਂਚ ਲਾਈਨ। ਅਤੇ ਇੱਥੇ ਹੁਣ ਟਾਈਮ ਹੋਇਆ ਵਾ ਸ਼ਾਹ ਹੁਸੈਨ ਐਕਸਪ੍ਰੈਸ ਦਾ, ਅਤੇ ਆ ਗਈ ਆ ਉਹ, ਐਂਟਰ ਹੋ ਗਈ ਹੈ ਝੁੰਬਰਾ ਯਾਰਡ ਦੇ ਵਿੱਚ। ਅਤੇ ਉਹਦੀ ਵੀਡੀਓ ਬਣਾਉਂਦੇ ਹਾਂ, ਗਰਮੀ ਬਹੁਤ ਸ਼ਦੀਦ ਹੈ, ਸ਼ਦੀਦ ਤਰੀਨ ਗਰਮੀ ਹੈ ਜੀ, ਅਤੇ ਵੀਡੀਓ ਬਣਾਉਣਾ ਮੁਸ਼ਕਲ ਹੋ ਰਿਹਾ, ਲੇਕਿਨ ਬਣਾਉਣੀ ਤੁਹਾਡੇ ਵਾਸਤੇ, ਕਿਉਂ ਨਾ ਆਏ ਹਾਂ ਇੱਥੇ। ਤਾਂ ਹੁਣ ਚਲੋ ਆਓ ਟ੍ਰੇਨ ਐਕਸ਼ਨ ਬਣਾਉਂਦੇ ਹਾਂ ਸ਼ਾਹ ਹੁਸੈਨ ਐਕਸਪ੍ਰੈਸ ਦਾ, ਫਿਰ ਉਸ ਤੋਂ ਬਾਅਦ ਟਾਈਮ ਹੈਗਾ ਇਹਦਾ ਸਰ ਸੱਯਦ ਦਾ, ਫਿਰ ਉਹਨੂੰ ਸ਼ੂਟ ਕਰਦੇ ਹਾਂ ਜੀ। ਤਾਂ ਨਾਜ਼ਰੀਨ ਤੁਸੀਂ ਦੇਖ ਰਹੇ ਹਾਂ ਸ਼ਾਹ ਹੁਸੈਨ ਐਕਸਪ੍ਰੈਸ ਬੜੀ ਤੇਜ਼ ਰਫਤਾਰੀ ਦੇ ਨਾਲ ਇੱਥੋਂ ਗੁਜ਼ਰੇਗੀ। ਇਹਨੂੰ ਅੱਜ ਲੀਡ ਕਰਦਾ ਵੀ AGE30 60 11, ਪਾਕਿਸਤਾਨ ਰੇਲਫੈਨ ਦਾ ਸਭ ਤੋਂ ਬਿਹਤਰੀਨ ਅਤੇ ਮਸ਼ਹੂਰ ਤਰੀਨ ਇੰਜਨ। ਤੁਸੀਂ ਗੌਰ ਕਰ ਸਕਦੇ ਹਾਂ ਜੀ, 100 ਦੇ ਉੱਤੇ ਹੈਗੀ ਹੈ, ਕਨਫਰਮ 100 ਦੇ ਉੱਤੇ ਹੈ। ਐਕਸ਼ਨ ਦੇਖਿਆ ਸ਼ਾਹ ਹੁਸੈਨ ਐਕਸਪ੍ਰੈਸ ਦਾ, ਅਤੇ ਮੈਂ ਕਿਹਾ ਸੀਗਾ ਕਿ 100 ਦੇ ਉੱਤੇ ਹੈ, ਅਤੇ ਜੀ 104 ਦੀ ਸਪੀਡ 'ਤੇ ਗੁਜ਼ਰੀ ਹੈ ਇੱਥੋਂ। ਉਮੀਦ ਕਰਦਾ ਤੁਹਾਨੂੰ ਤੇਜ਼ ਰਫਤਾਰ ਟ੍ਰੇਨ ਐਕਸ਼ਨ ਦੇਖ ਕੇ ਮਜ਼ਾ ਆਇਆ ਹੋਊਗਾ। ਅਤੇ ਇਹਦੇ ਨਾਲ ਹੀ ਮਿਲਦੇ ਹੋ ਇਜਾਜ਼ਤ, ਅਤੇ ਬਣਾਉਂਦੇ ਇੱਕ ਹੋਰ ਨਵੀਂ ਵੀਡੀਓ। ਅੱਲਾ ਹਾਫਿਜ਼।